ਤੁਹਾਡੇ ਨਾਲ ਦਾਸਤਾਨ ਸਾਂਝੀ ਕਰਨ ਜਾ ਰਹੇ ਹਾਂ ਉਹ ਬੜੀ ਦਰਦਨਾਕ ਤੇ ਬੜੀ ਭਿਆਨਕ ਦਾਸਤਾਨ ਹੈ ਜਿਹਦੇ ਵਿੱਚ ਇੱਕ ਵਰਦੀਧਾਰੀ ਗੁੰਡੇ ਵੱਲੋਂ ਅਜਿਹਾ ਤਸ਼ੱਦਦ ਕੀਤਾ ਗਿਆ ਇੱਕ ਲੜਕੀ ਤੇ ਕਿ ਉਹ ਲੜਕੀ 19 ਸਾਲ ਦੀ ਉਮਰ ਦੇ ਵਿੱਚ ਮੰਜੇ ਤੇ ਪਾ ਦਿੱਤੀ ਉਹਦੇ ਤੇ ਤਸ਼ੱਦਦ ਢਾਇਆ ਗਿਆ ਕਰੰਟ ਲਗਾਏ ਗਏ एक लड़की की जिहड़ी उम्र अपनी जवानी की हुंदी है जिहड़ी उम्र उन्हें विआह करवाउणा हुंदा है उह उम्र दे विच जद पुलिसिया तशद्दद ढह जावे करंट लाए जाण सारी रात थाने च रख के अणमनुखी वरतारा कीता जावे तां की बीतदी है इह सुण के साडे वी रोंगटे खड़े हो गए ते तुहाडे वी हो जाणगे ਮੈਨੂੰ ਤੇ ਮੇਰੀ ਮੰਮੀ ਨੂੰ ਰਾਤ ਨੂੰ 12-1 ਵਜੇ ਥਾਣੇਦਾਰ ਗੁਰਿੰਦਰ ਸਿੰਘ ਵੱਲ ਤੇ ਉਹਦੇ ਬਾਕੀ ਸਟਾਫ ਨਾਲ ਰਾਤ ਨੂੰ ਚੱਕ ਕੇ ਲੈ ਆਏ ਜ਼ਬਰਦਸਤੀ ਸੀ ਪੁੱਛਿਆ ਵੀ ਸਾਡਾ ਕਸੂਰ ਦੱਸੋ ਸਾਨੂੰ ਕਹਿੰਦੇ ਉੱਥੇ ਚੱਲ ਕੇ ਦੱਸ ਦੇ ਉਸ ਤੋਂ ਬਾਅਦ ਰਾਤ ਨੂੰ ਇਹਨੇ ਘੁੱਟ ਮਾਰ ਕੀਤੇ ਕਰੰਟ ਲੱਗ ਗਿਆ ਥਾਣੇਦਾਰ ਗੁਰਿੰਦਰ ਵੱਲ ਖੁਦ ਲੈ ਗਿਆ ਜਾਂ ਲੇਡੀਜ਼ ਪੁਲਿਸ ਨਾਲ ਲੈ ਕੇ ਸਾਰਾ ਸਟਾਫ ਸੀਗਾ ਜੈਂਟਸ ਸਟਾਫ ਜਿਹੜੀ ਤੁਹਾਡੇ ਨਾਲ ਕੁੱਟ ਮਾਰ ਹੋਈ ਆ ਉਹਨਾਂ ਨੇ ਖੁਦ ਕੀਤੀ ਹਾਂਜੀ ਪੂਰੀ ਰਾਤ ਤੁਹਾਡੇ ਨਾਲ ਕੁੱਟ ਮਾਰ ਕਰਦੇ ਹਾਂਜੀ ਬੇਹੋਸ਼ ਗਈ ਤੁਸੀਂ ਬੇਹੋਸ਼ ਹੋ ਹਾਂਜੀ ਮੈਨੂੰ ਵੀ ਕੁੱਟਮਾਰ ਕੀਤੀ ਤੇ ਮੇਰੀ ਬੱਚੀ ਨੂੰ ਪਰਨ ਜਾ ਕੇ ਮੇਰੇ ਤੋਂ ਫਰਕ ਨਾਲ ਕਮਰੇ ਦੇ ਵਿੱਚ ਕੁੱਟਮਾਰ ਕਰਕੇ ਕਰੰਟ ਲਾਤਾ ਤੇ ਚੀਕਾਂ ਵਗੈਰਾ ਇਹਦੀਆਂ ਉੱਚੀ ਉੱਚੀ ਮੈਨੂੰ ਸੁਣਦੀਆਂ ਸੀਗੀ ਇਸ ਕੇਸ ਨੂੰ ਇਸ SHO ਗੁਰਿੰਦਰ ਸਿੰਘ ਜੋ ਕਿ ਇੱਕ ਜ਼ਾਲਮ ਕਿਸਮ ਦਾ ਇੱਥੇ ਆਪਣੇ ਆਪ ਨੂੰ ਸੋ ਕਾਲਡ ਸੀ ਮਤਲਬ ਆਪਣੇ ਆਪ ਨੂੰ SHO ਕਹਿੰਦਾ ਸੀਗਾ ਬਟ ਉਹਦੇ ਕੋਲ ਐਲੀਜੀਬਿਲਟੀ ਨਹੀਂ ਸੀ SHO ਹੋਣ ਦੀ ਇਸ ਟਾਈਮ ਦੀਆਂ ਸੁਰਖੀਆਂ ਜਿਹੜੀਆਂ ਫਿਰ ਉਹ ਉੱਥੇ ਅਖਬਾਰਾਂ ਦੇ ਵਿੱਚ ਲੱਗੀਆਂ ਨਾ ਥਾਣਾ ਨਾ ਥਾਣੇਦਾਰ ਫਿਰ ਵੀ ਕੀਤੀ ਥਾਣੇਦਾਰੀ ਜਿਵੇਂ ਆਮ ਪੁਲਿਸ ਦਾ ਇੱਕ ਸੁਭਾਅ ਆ ਬਣਿਆ ਹੋਇਆ ਕਿ ਵੀ ਪੁਲਿਸ ਪਾਰਟੀ ਰਾਤ ਨੂੰ 12-1 ਵਜੇ ਕੰਧਾ ਟੱਪ ਕੇ ਕਿਸੇ ਦੇ ਘਰ ਵੜਦੀ ਹੈ ਚਾਹੇ ਉਹਦੇ ਉਹਨੂੰ ਜਿਵੇਂ ਕਹਿ ਲਈਏ ਵੀ ਲਿਖਤ ਦੇ ਵਿੱਚ ਉਹਦੇ ਖਿਲਾਫ਼ ਕੁਛ ਹੁੰਦਾ ਚਾਹੇ ਨਹੀਂ ਵੀ ਹੁੰਦਾ ਤਾਂ ਪੁਲਿਸ ਉਹਨੂੰ ਇਸ ਤਰ੍ਹਾਂ ਚੱਕਣ ਜਾਂਦੀ ਹੈ ਸਾਡੇ ਪੰਜਾਬ ਪੁਲਿਸ ਦਾ ਜਿਹੜਾ ਇੱਕ ਕਹਿ ਲਈਏ ਵੀ ਸੁਭਾਅ ਬਣਿਆ ਹੋਇਆ ਵਾ ਕੈਪਟਨ ਸਾਹਿਬ ਨੂੰ ਚਿੱਠੀ ਲਿਖੀ ਹੈ ਉਹਨੂੰ ਕਿਹਾ ਜਾਂਦਾ ਉਹਨੂੰ ਸਾਹਿਬ ਤੋਂ ਜਾਂ ਜਾਂ ਮੈਂ ਮੌਤ ਦੀ ਮੰਗ ਕੀਤੀ ਉਹਨੂੰ ਮਰਨ ਦੀ ਆਗਿਆ ਦਿੱਤੀ ਜਾਵੇ ਜਾਂ ਸਾਹਿਬ ਤੋਂ ਆਇਆ ਜਾਵੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ TV ਤੇ ਮੈਂ ਮਨਿੰਦਰਜੀਤ ਸਿੱਧੂ ਸਰਕਾਰ ਕਹਿੰਦੀ ਹੈ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਬੇਟੀ ਬਚਾਉਣੀ ਕਿਸ ਲਈ ਹੈ ਬੇਟੀ ਬਚਾਉਣੀ ਉਹਨਾਂ ਵਰਦੀਧਾਰੀ ਗੁੰਡਿਆਂ ਦੇ ਤਸ਼ੱਦਦ ਤੋਂ ਬਚਾਉਣੀ ਹੈ ਜਾਂ ਹੋਰ ਕਿਸੇ ਚੀਜ਼ ਤੋਂ ਇਹ ਵੀ ਸਰਕਾਰ ਦੱਸ ਦੇਵੇ ਅੱਜ ਜਿਹੜੀ ਤੁਹਾਨੂੰ ਅਸੀਂ ਤੁਹਾਡੇ ਨਾਲ ਦਾਸਤਾਨ ਸਾਂਝੀ ਕਰਨ ਜਾ ਰਹੇ ਹਾਂ ਉਹ ਬੜੀ ਦਰਦਨਾਕ ਅਤੇ ਬੜੀ ਭਿਆਨਕ ਦਾਸਤਾਨ ਹੈ ਜਿਹਦੇ ਵਿੱਚ ਇੱਕ ਵਰਦੀਧਾਰੀ ਗੁੰਡੇ ਵੱਲੋਂ ਅਜਿਹਾ ਤਸ਼ੱਦਦ ਕੀਤਾ ਗਿਆ ਇੱਕ ਲੜਕੀ 'ਤੇ ਕਿ ਉਹ ਲੜਕੀ 19 ਸਾਲ ਦੀ ਉਮਰ ਦੇ ਵਿੱਚ ਮੰਜੇ ਤੇ ਪਾ ਦਿੱਤੀ ਉਹਦੇ ਤੇ ਤਸ਼ੱਦਦ ਢਾਇਆ ਗਿਆ ਕਰੰਟ ਲਗਾਏ ਗਏ ਇੱਕ ਲੜਕੀ ਦੀ ਜਿਹੜੀ ਉਮਰ ਆਪਣੀ ਜਵਾਨੀ ਦੀ ਹੁੰਦੀ ਹੈ ਜਿਹੜੀ ਉਮਰ ਉਹਨੇ ਵਿਆਹ ਕਰਵਾਉਣਾ ਹੁੰਦਾ ਹੈ ਉਹ ਉਮਰ ਦੇ ਵਿੱਚ ਜਦ ਪੁਲਿਸਿਆ ਤਸ਼ੱਦਦ ਢਹਿ ਜਾਵੇ ਕਰੰਟ ਲਾਏ ਜਾਣ ਸਾਰੀ ਰਾਤ ਥਾਣੇ 'ਚ ਰੱਖ ਕੇ ਅਣਮਨੁੱਖੀ ਵਰਤਾਰਾ ਕੀਤਾ ਜਾਵੇ ਤਾਂ ਕੀ ਬੀਤਦੀ ਹੈ ਇਹ ਸੁਣ ਕੇ ਸਾਡੇ ਵੀ ਰੋਂਗਟੇ ਖੜ੍ਹੇ ਹੋ ਗਏ ਅਤੇ ਤੁਹਾਡੇ ਵੀ ਹੋ ਜਾਣਗੇ ਤਸਵੀਰਾਂ ਦਿਖਾ ਦਿੰਦੇ ਹਾਂ ਲੜਕੀ ਹੈ ਮੰਜੇ 'ਤੇ ਪਈ ਹੈ ਪਿਛਲੇ 16 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਇਸ ਲੜਕੀ ਦੇ ਉੱਪਰ ਹੈ ਜਿਹੜਾ ਤਸ਼ੱਦਦ ਢਾਇਆ ਗਿਆ ਸੀ ਮੌਕੇ ਦੇ SHO ਵੱਲੋਂ ਲੜਕੀ ਦੀ ਤਸਵੀਰ ਤੁਸੀਂ ਦੇਖੋ ਕਿੰਨੀ ਖੂਬਸੂਰਤ ਤਸਵੀਰ ਹੈ ਪਰ ਅੱਜ ਇੱਕ ਲਾਸ਼ ਦਾ ਰੂਪ ਬਣ ਕੇ ਪਈ ਹੈ ਹੰਝੂ ਵੀ ਜਿਹੜੇ ਆ ਉਹ ਰੁਕ ਨਹੀਂ ਰਹੇ ਪਰਿਵਾਰ ਵੱਲੋਂ ਇਹ ਬੇਨਤੀ ਕੀਤੀ ਗਈ ਹੈ ਕਿ ਜੇਕਰ ਤੁਸੀਂ ਇਨਸਾਫ ਨਹੀਂ ਦੇ ਸਕਦੇ ਜੇਕਰ ਤੁਸੀਂ ਉਸ ਜਿਹੜਾ ਪੁਲਿਸ ਵਾਲਾ ਹੈ ਜਿਹਨੇ ਹੈਵਾਨੀਅਤ ਦੀ ਕਸਰ ਨਹੀਂ ਛੱਡੀ ਉਹਨੂੰ ਸਜ਼ਾ ਨਹੀਂ ਦੇ ਸਕਦੇ ਤਾਂ ਪਰਿਵਾਰ ਨੇ ਚਿੱਠੀ ਲਿਖੀ ਹੈ ਕਿ ਮੁੱਖ ਮੰਤਰੀ ਸਾਹਿਬ ਸਾਨੂੰ ਹੀ ਇਹ ਆਗਿਆ ਦੇ ਦਿਓ ਕਿ ਅਸੀਂ ਆਪਣੀ ਲੜਕੀ ਨੂੰ ਮਾਰ ਦਈਏ ਅਸੀਂ ਜਿਹੜੀ ਤਿਲ ਤਿਲ ਕਰਕੇ ਹਰ ਰੋਜ਼ ਮਰ ਰਹੀ ਹੈ ਜਿਹੜਾ ਤਸ਼ੱਦਦ ਤੁਹਾਡੀ ਪੁਲਿਸ ਨੇ ਢਾਇਆ ਅਸੀਂ
ਉਹਦਾ ਜੇ ਇਨਸਾਫ ਤੁਸੀਂ ਨਹੀਂ ਦੇ ਸਕਦੇ। ਲੜਕੀ ਨੇ ਚਿੱਠੀ ਲਿਖੀ ਆ, ਪਰਿਵਾਰ ਨੇ ਦਸਤਖਤ ਕੀਤੇ ਆ ਕਿ ਫਿਰ ਸਾਨੂੰ ਹੀ ਆਗਿਆ ਦੇ ਦਿਓ ਕਿ ਅਸੀਂ ਆਪਣੀ ਬੱਚੀ ਨੂੰ ਮਾਰ ਦਈਏ। ਤਾਂ ਕਿਹੋ ਜਿਹਾ ਮੰਜ਼ਰ ਹੋਵੇਗਾ, ਕਿਹੋ ਜਿਹੇ ਹਾਲਾਤ ਹੋਣਗੇ ਪਰਿਵਾਰ 'ਤੇ ਜਦੋਂ ਐਡੀ ਵੱਡੀ ਗੱਲ ਕਹਿਣੀ ਪਈ ਹੋਵੇ। ਲੜਕੀ ਅੱਜ ਵੀ ਰੋ ਰਹੀ ਹੈ, ਸਾਡਾ ਵੀ ਮਨ ਰੋ ਰਿਹਾ ਕਿ ਪੁਲਿਸ, ਅਸੀਂ ਸਾਰੀ ਪੁਲਿਸ ਨਹੀਂ ਕਹਿੰਦੇ ਪਰ ਕਈ ਮੁਲਾਜ਼ਮ ਅਜਿਹੇ ਆ ਜਿਹੜੇ ਮਨੁੱਖਤਾ ਭੁੱਲ ਜਾਂਦੇ ਆ, ਜਿਹੜੇ ਇਹ ਭੁੱਲ ਜਾਂਦੇ ਆ ਕਿ ਜਦੋਂ ਸਾਡੇ ਵਰਦੀ ਪਾਈ ਆ ਤਾਂ ਫਿਰ ਅਸੀਂ ਰੱਬ ਦਾ ਹੀ ਦੂਜਾ ਰੂਪ ਹੈ। ਫਿਰ ਉਹ ਆਪਣੀਆਂ ਮਰਜ਼ੀਆਂ ਅਜਿਹੇ ਤਸ਼ੱਦਦ ਢਾਉਂਦੇ ਆ। ਪੰਜਾਬ ਦੇ ਹਰ ਪਿੰਡ ਦੇ ਵਿੱਚ ਅਜਿਹੀ ਕਹਾਣੀ ਮਿਲ ਜਾਵੇਗੀ। 1984 ਤੋਂ ਲੈ ਲਈਏ, ਹੁਣ ਤੱਕ ਲੈ ਲਈਏ, ਤਾਂ ਪੁਲਿਸ ਦੇ ਤਸ਼ੱਦਦ ਦੀ ਕਹਾਣੀ ਸਾਨੂੰ ਸੁਣਨ ਨੂੰ ਮਿਲਦੀ ਹੈ। ਪਰ ਜਿਹੜਾ ਇਸ ਲੜਕੀ ਉੱਪਰ ਤਸ਼ੱਦਦ ਹੋਇਆ, ਕਰੰਟ ਲਾ ਕੇ ਪੂਰੇ ਦਾ ਪੂਰਾ ਸਰੀਰ ਅੱਜ ਜਿੰਦਾ ਲਾਸ਼ ਬਣਾ ਕੇ ਰੱਖ ਦਿੱਤਾ ਹੈ, ਇਹਦੇ ਬਾਰੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਪਰਿਵਾਰ ਨਾਲ। ਲੜਕੀ ਦੇ ਭਾਈ ਸਾਹਿਬ ਨੇ, ਲੜਕੀ ਹੈ, ਲੜਕੀ ਦੀ ਮਾਤਾ ਬੈਠੀ ਹੈ, ਰੋ ਰਿਹਾ ਪਰਿਵਾਰ, ਦੁੱਖ ਹੁੰਦਾ, ਸਾਨੂੰ ਵੀ ਦੁੱਖ ਹੁੰਦਾ, ਪਰਿਵਾਰ ਵੀ ਇਮੋਸ਼ਨਲ ਹੋ ਜਾਂਦਾ। ਗੱਲਬਾਤ ਪਹਿਲਾਂ ਅਸੀਂ ਲੜਕੀ ਦੇ ਨਾਲ ਹੀ ਕਰਦੇ ਹਾਂ। ਭੈਣ ਜੀ, ਕੀ ਗੱਲ ਹੋਈ ਸੀ, ਕਦੋਂ ਤੁਹਾਨੂੰ ਚੱਕ ਲਿਆ ਸੀ ਪੁਲਿਸ ਨੇ, ਕੀ ਤਸ਼ੱਦਦ ਕੀਤੇ ਸੀ, ਕਿਹੜਾ ਤੁਹਾਡਾ ਅਜਿਹਾ ਜੁਰਮ ਸੀ ਜਿਹਦੇ 'ਤੇ ਤੁਹਾਡੇ ਨਾਲ ਅਜਿਹੀ ਮਨੁੱਖਤਾ ਨਾਲ ਜੋ ਵਾਪਰ ਨਾ ਸਕੇ ਅਜਿਹੀ ਘਟਨਾ ਵਾਪਰੀ ਹੈ? 2007 'ਚ ਮੈਨੂੰ ਅਤੇ ਮੇਰੀ ਮੰਮੀ ਨੂੰ ਰਾਤ ਨੂੰ 12:00 ਵਜੇ ਥਾਣੇਦਾਰ ਗੁਰਿੰਦਰ ਸਿੰਘ ਬੱਲ ਅਤੇ ਉਹਦੇ ਬਾਕੀ ਸਟਾਫ ਨਾਲ ਰਾਤ ਨੂੰ ਚੱਕ ਕੇ ਲੈ ਆਏ ਜ਼ਬਰਦਸਤੀ। ਅਸੀਂ ਪੁੱਛਿਆ ਵੀ ਸਾਡਾ ਕਸੂਰ ਦੱਸੋ, ਸਾਨੂੰ ਕਿਉਂ ਲੈ ਕੇ ਚੱਲੇ, ਕੀ ਹੋਇਆ? ਕਹਿੰਦੇ ਚੱਲੋ ਉੱਥੇ ਜ਼ਬਰਦਸਤੀ ਸਾਨੂੰ ਲੈ ਕੇ, ਕਹਿੰਦੇ ਉੱਥੇ ਚੱਲੋ, ਉੱਥੇ ਚੱਲ ਕੇ ਦੱਸਦੇ। ਉਸ ਤੋਂ ਬਾਅਦ ਰਾਤ ਨੂੰ ਮੇਰੇ ਘੁੱਟ ਮਾਰ ਕੀਤੀ, ਕਰੰਟ ਲੱਗ ਗਿਆ, ਹਾਲ ਕਰਦਾ ਮੇਰਾ। ਕੁੱਟਮਾਰ ਜਦੋਂ ਤੁਹਾਨੂੰ ਘਰੋਂ ਚੱਕ ਕੇ ਲੈ ਗਿਆ, ਥਾਣੇਦਾਰ ਗੁਰਿੰਦਰ ਬੱਲ ਖੁਦ ਲੈ ਗਿਆ ਜਾਂ ਲੇਡੀਜ਼ ਪੁਲਿਸ ਨਾਲ ਲੈ ਕੇ? ਸਾਰਾ ਸਟਾਫ ਸੀਗਾ, ਜੈਂਟਸ ਸਟਾਫ। ਜਿਹੜੀ ਤੁਹਾਡੇ ਨਾਲ ਕੁੱਟਮਾਰ ਹੋਈ ਆ, ਉਹਨਾਂ ਨੇ ਖੁਦ ਕੀਤੀ? ਹਾਂਜੀ। ਪੂਰੀ ਜਿਹੜੀ ਤੁਹਾਡੀ ਰਿਹਾਈ ਹੋਈ ਹੈ, ਤੁਹਾਨੂੰ ਥਾਣੇ 'ਚੋਂ ਛੱਡਿਆ, ਉਹ ਕਦੋਂ ਛੱਡਿਆ ਗਿਆ? ਸਵੇਰੋਂ ਸਾਡੇ ਪਿੰਡ ਦੀ ਲੇਡੀ ਪੰਚਾਇਤ ਮੈਂਬਰ ਚੜਾ ਕੇ ਲੈ ਗਿਆ। ਪੂਰੀ ਰਾਤ ਤੁਹਾਡੇ ਨਾਲ ਕੁੱਟਮਾਰ ਕਰਦੇ? ਹਾਂਜੀ। ਤੁਸੀਂ ਬੇਹੋਸ਼ ਹੋ? ਹਾਂਜੀ। ਮਾਤਾ ਜੀ ਤੁਸੀਂ ਵੀ ਨਾਲ ਸੀ ਜਦੋਂ ਇਹਨਾਂ ਨੂੰ ਲੈ ਗਏ ਆ? ਹਾਂਜੀ, ਮੈਂ ਵੀ ਨਾਲ ਹੀ ਸੀਗੀ। ਰਾਤ ਦੇ 10:11-12 ਵਜੇ ਹੋਏ ਸੀ ਜਦੋਂ ਆ ਕੇ ਅਸੀਂ ਪੁੱਛਿਆ, ਮੈਂ ਵੀ ਕੀ ਗੱਲ ਆ ਭਾਈ, ਕਾਹਤੋਂ ਆਏ ਹੋ, ਕੀ ਗੱਲ ਆ? ਸਾਨੂੰ ਕੋਈ ਗੱਲਬਾਤ ਨਹੀਂ ਦੱਸੀ, ਸਾਨੂੰ ਕਹਿੰਦੇ ਬੈਠੋ ਬੈਠੋ, ਉੱਥੇ ਜਾ ਕੇ ਦੱਸਾਂਗੇ, ਉੱਥੇ ਜਾ ਕੇ ਬਸ ਕੀ ਦੱਸਣਾ ਸੀਗਾ। ਮੈਨੂੰ ਵੀ ਕੁੱਟਮਾਰ ਕੀਤੀ ਅਤੇ ਮੇਰੀ ਬੱਚੀ ਨੂੰ ਪਰੇ ਲਿਜਾ ਕੇ ਮੇਰੇ ਤੋਂ ਫਰਕ ਨਾਲ ਕਮਰੇ ਦੇ ਵਿੱਚ ਕੁੱਟਮਾਰ ਕਰਕੇ ਕਰੰਟ ਲਾ ਤਾ, ਅਤੇ ਚੀਕਾਂ ਵਗੈਰਾ ਇੰਨੀਆਂ ਉੱਚੀ ਉੱਚੀ ਮੈਨੂੰ ਸੁਣਦੀਆਂ ਸੀਗੀ। ਬਹੁਤ ਔਖਾ ਹੁੰਦਾ ਹੈ ਮਾਪਿਆਂ ਦੇ ਲਈ, ਬੜਾ ਬੱਚਿਆਂ ਨੂੰ, ਚਾਹੇ ਲੜਕੀ ਹੋਵੇ ਚਾਹੇ ਲੜਕਾ, ਬੜੇ ਚਾਵਾਂ ਨਾਲ ਪਾਲਦੇ ਆ। ਜਿਸ ਟਾਈਮ ਇਹਦੀ ਡੋਲੀ ਘਰੋਂ ਜਾਣੀ ਸੀ, ਉਸ ਟਾਈਮ ਜਦ ਇਹ ਧੀ ਇੱਕ ਲਾਸ਼ ਦਾ ਰੂਪ ਬਣ ਕੇ ਮੰਜੇ 'ਤੇ ਪਈ, ਤਾਂ ਮਾਂ ਪਿਓ 'ਤੇ ਜਿਹੜੀ ਬੀਤਣੀ ਆ ਉਹ ਸਾਨੂੰ ਪਤਾ ਹੀ ਆ ਕਿ ਕੀ ਬੀਤਣੀ ਹੈ। ਉਹਨਾਂ ਦੇ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਵੀਰ ਜੀ, ਕੀ ਸਾਰੀ ਗੱਲਬਾਤ ਸੀ, ਕੀ ਅਜਿਹਾ ਕੇਸ, ਕੀ ਅਜਿਹਾ ਜੁਰਮ ਤੁਹਾਡੇ ਪਰਿਵਾਰ ਨੇ ਕੀਤਾ ਸੀ ਜਿਹਦੇ ਤਹਿਤ ਥਾਣੇਦਾਰ ਗੁਰਿੰਦਰ ਸਿੰਘ ਨੇ ਤੁਹਾਡੇ ਪਰਿਵਾਰ 'ਤੇ ਤਸ਼ੱਦਦ ਕੀਤਾ? ਅਸੀਂ ਸੁਣਿਆ ਕਿ ਤੁਹਾਡੇ 'ਤੇ ਵੀ ਪਰਚਾ ਪਾਇਆ ਸੀ ਝੂਠਾ। 31/7/2004 ਨੂੰ ਮੇਰੀ ਭਤੀਜੀ 14-15 ਸਾਲ ਦੀ ਸੀ। ਉਹ 10ਵੀਂ ਦੇ ਵਿੱਚ ਉਹਦੇ ਵਧੀਆ ਨੰਬਰ ਆਏ ਸੀਗੇ, ਉਹ ਪਰ ਅੱਗੇ ਉਹ ਨੋਨ ਮੈਡੀਕਲ ਮੈਡੀਕਲ ਦੇ ਵਿੱਚ ਫਰਦਰ ਚੱਲ ਨਹੀਂ ਸਕੀ, ਸਿੱਟੇ ਵਜੋਂ ਉਹ ਦਿਮਾਗੀ ਤੌਰ 'ਤੇ ਅਪਸੈਟ ਹੋ ਗਈ। ਤਾਂ 31/7/2004 ਨੂੰ ਉਹ ਘਰ ਦੇ ਪੱਖੇ ਦੇ ਨਾਲ ਫਾਹਾ ਲੈ ਗਈ ਸੀ। ਠੀਕ ਹੈ। ਇਸ ਕੇਸ ਨੂੰ ਇਸ SHO ਗੁਰਿੰਦਰ ਸਿੰਘ, ਜੋ ਕਿ ਇੱਕ ਜ਼ਾਲਮ ਕਿਸਮ ਦਾ ਇੱਥੇ ਆਪਣੇ ਆਪ ਨੂੰ ਸੋ ਕਾਲਡ ਸੀ, ਮਤਲਬ ਆਪਣੇ ਆਪ ਨੂੰ SHO ਕਹਿੰਦਾ ਸੀਗਾ, ਬਟ ਉਹਦੇ ਕੋਲ ਐਲੀਜੀਬਿਲਟੀ ਨਹੀਂ ਸੀ SHO ਹੋਣ ਦੀ। ਉਹਨੇ ਬਹੁਤ ਅੱਤਿਆਚਾਰ ਇਸ ਥਾਣੇ ਦੇ ਵਿੱਚ ਰਹਿ ਕੇ ਕੀਤੇ, ਜਿਹੜਾ ਕਿ ਉਦੋਂ ਥਾਣਾ ਵੀ ਹੈ ਨਹੀਂ ਸੀਗਾ। ਠੀਕ ਹੈ। ਇਸ ਟਾਈਮ ਦੀਆਂ ਸੁਰਖੀਆਂ ਜਿਹੜੀਆਂ ਫਿਰ ਉਹ ਉੱਥੇ ਅਖਬਾਰਾਂ ਦੇ ਵਿੱਚ ਲੱਗੀਆਂ, ਨਾ ਥਾਣਾ ਨਾ ਥਾਣੇਦਾਰ, ਫਿਰ ਵੀ ਕੀਤੀ ਥਾਣੇਦਾਰੀ। ਇਸ ਥਾਣੇਦਾਰ ਨੇ ਮਤਲਬ ਇਹ ਚੱਕਿਆ ਅਤੇ ਇੱਕ ਸਾਲ ਬਾਅਦ ਚੱਕ ਕੇ ਇਸ ਫਿਰ ਕੇਸ ਨੂੰ ਮਰਡਰ ਦੇ ਰੂਪ ਦੇ ਵਿੱਚ ਤਬਦੀਲ ਕਰਦਾ ਵਾ, ਦੋ ਫਰਜ਼ੀ ਗਵਾਹ ਬਣਾਉਂਦਾ ਵਾ, ਇੱਕ ਪੰਚ, ਇੱਕ ਸਰਪੰਚ, ਇੱਕ ਉਹਦਾ ਪੰਚ, ਦੋਨੇ ਹੀ ਉਹਦੇ ਜਿਵੇਂ ਕਹਿ ਲਈਏ ਜੁੰਡੀ ਦੇ ਯਾਰ ਨੇ, ਗਲਤ ਕੰਮ ਕਰਦੇ ਨੇ, ਰਲ ਮਿਲ ਕੇ ਫਿਰ ਇਹੋ ਜਿਹੇ ਝੂਠੇ ਕੇਸ ਬਣਾਉਂਦੇ ਨੇ, ਉਹਨਾਂ ਨੂੰ ਫਰਜ਼ੀ ਗਵਾਹ ਫਿਰ ਬਣਾਇਆ ਗਿਆ।
ਜਿਹੜੇ ਕਿ ਪੂਰੀ ਜ਼ਿੰਦਗੀ ਦੇ ਵਿੱਚ ਨਾ ਕਦੇ ਮੈਨੂੰ ਮਿਲੇ ਨਾ ਮੈਂ ਉਹਨਾਂ ਨੂੰ ਮਿਲਿਆ। ਅਜਿਹਾ ਕੁਝ ਵਾਪਰਿਆ ਜਦੋਂ ਇਹਨਾਂ ਨੂੰ ਚੱਕ ਲਿਆ ਗਿਆ, ਤੁਹਾਨੂੰ ਕਦੋਂ ਪਤਾ ਲੱਗਿਆ ਕਿ ਮੇਰੀ ਮਾਤਾ ਨੂੰ ਅਤੇ ਮੇਰੀ ਭੈਣ ਨੂੰ ਪੁਲਿਸ ਨੇ ਚੱਕ ਕੇ ਤਸ਼ੱਦਦ ਟਾਇਆ ਗਿਆ, ਤੁਸੀਂ ਉਸ ਵਕਤ ਘਰੇ ਸੀ ਜਾਂ ਬਾਹਰ ਸੀ? ਨਹੀਂ, ਮੈਂ ਜਿਸ ਟਾਈਮ ਇਹਨਾਂ ਨੂੰ ਰਾਤ ਨੂੰ 14/7/2005 ਨੂੰ ਇਹਨੂੰ ਘਰੋਂ ਲੈ ਕੇ ਜਾਂਦੇ, ਉਸ ਟਾਈਮ ਮੈਂ ਘਰ ਨਹੀਂ ਸੀਗਾ। ਚਲੋ ਮੈਨੂੰ ਲੈਣ ਆਇਆ ਹੋਊਗਾ, ਬਟ ਜਿਵੇਂ ਆਮ ਪੁਲਿਸ ਦਾ ਇੱਕ ਸੁਭਾਅ ਆ ਬਣਿਆ ਹੋਇਆ ਕਿ ਵੀ ਪੁਲਿਸ ਪਾਰਟੀ ਰਾਤ ਨੂੰ 12-1 ਵਜੇ ਕੰਧਾ ਟੱਪ ਕੇ ਕਿਸੇ ਦੇ ਘਰ ਵੜਦੀ ਆ, ਚਾਹੇ ਉਹਦੇ ਉਹਨੂੰ ਜਿਵੇਂ ਕਹਿ ਲਈਏ ਵੀ ਲਿਖਤ ਦੇ ਵਿੱਚ ਉਹਦੇ ਖਿਲਾਫ਼ ਕੁਛ ਹੁੰਦਾ ਚਾਹੇ ਨਹੀਂ ਵੀ ਹੁੰਦਾ, ਤਾਂ ਪੁਲਿਸ ਉਹਨੂੰ ਇਸ ਤਰ੍ਹਾਂ ਚੱਕਣ ਜਾਂਦੀ ਹੈ। ਸਾਡੇ ਪੰਜਾਬ ਪੁਲਿਸ ਦਾ ਜਿਹੜਾ ਇੱਕ ਕਹਿ ਲਈਏ ਵੀ ਸੁਭਾਅ ਬਣਿਆ ਹੋਇਆ ਵਾ, ਹੁੰਦਾ ਕੀ ਆ ਵੀ ਜਿਹੜੇ ਬੰਦੇ ਨੂੰ ਟਾਰਗੇਟ ਆ ਜਿਹੜਾ ਫੜਨ ਗਏ ਆ ਜਿਹਨੂੰ, ਜੇਕਰ ਉਹ ਘਰੇ ਨਹੀਂ ਵੀ ਮਿਲਿਆ ਤਾਂ ਅਕਸਰ ਸਾਡੇ ਪੰਜਾਬ ਪੁਲਿਸ ਕੀ ਕਰਦੀ ਆ ਵੀ ਉਹਦੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਚੱਕ ਲਿਆਉਂਦੀ ਆ, ਜਿਹੜਾ ਘਰੇ ਮਿਲ ਗਿਆ ਉਹਨੂੰ ਚੱਕ ਲਿਆਉਂਦੀ ਆ। ਅਤੇ ਸਾਡੇ ਨਾਲ ਵੀ ਇਵੇਂ ਵਾਪਰਿਆ, ਮੇਰੀ ਗੈਰ ਹਾਜ਼ਰੀ ਦੇ ਵਿੱਚ ਇਹਨਾਂ ਨੂੰ ਚੱਕ ਲਿਆ। ਮੈਂ ਤਾਂ ਦੂਜੇ ਜਾਂ ਤੀਜੇ ਦਿਨ ਘਰੇ ਵਾਪਸ ਮੁੜਦਾ ਵਾਂ, ਜਦੋਂ ਆਏ ਨੂੰ ਮੈਨੂੰ ਪਤਾ ਲੱਗਦਾ ਵਾ ਕਿ ਵੀ ਪਿੱਛੇ ਆਹ ਗੱਲ ਵਾਪਰੀ, ਮੈਂ ਪੰਚਾਇਤ ਮੈਂਬਰਾਂ ਕੋਲ ਜਾਂਦਾ ਵਾਂ, ਤਾਂ ਇਹ ਜਸਮੇਲ ਕੌਰ ਮੈਂਬਰ ਪੰਚਾਇਤ ਸੀ, ਜਦੋਂ ਮੈਂ ਉਹਦੇ ਕੋਲ ਗਿਆ ਤਾਂ ਉਹਨੇ ਮੈਨੂੰ ਦੱਸਿਆ ਕਿ ਵੀ ਪੁਲਿਸ ਤੇਰੀ ਮਾਤਾ ਨੂੰ ਅਤੇ ਕੁੜੀ ਨੂੰ ਤਾਂ ਆਪਾਂ ਛਡਾ ਲਿਆਏ ਸੀਗੇ ਅਸੀਂ, ਪਰ ਪੁਲਿਸ ਤੈਨੂੰ ਕਹਿੰਦੀ ਆ ਵੀ ਇਕਬਾਲ ਨੂੰ ਪੇਸ਼ ਕਰੋ। ਮੈਂ ਕਿਹਾ ਵੀ ਮੈਥੋਂ ਕੀ ਉਹਨਾਂ ਨੇ ਕਰਨਾ ਕਿ ਤੇਰਾ ਕੋਈ ਬਿਆਨ ਲਿਖਣਾ ਵਾ? ਕਰਦੇ ਕਰਾਉਂਦੇ ਜਣ ਦੀ 21/7/2005 ਨੂੰ ਸਾਡੇ ਪਿੰਡ ਦੀ ਜਿਹੜੀ ਪੰਚਾਇਤ ਮੈਂਬਰ ਸਰਪੰਚ ਅਤੇ ਸਰਪੰਚ ਪਲੱਸ ਉਸ ਟਾਈਮ ਦਾ ਜਿਹੜਾ ਗੁਰਦੁਆਰਾ ਕਮੇਟੀ ਦਾ ਮੈਂਬਰ, ਇਹ 2-3 ਜਣੇ ਇਹ ਸਾਰੇ ਫਿਰ ਮੈਨੂੰ ਉੱਥੇ ਪੇਸ਼ ਕਰਕੇ ਗਏ 21 ਤਰੀਕ ਨੂੰ। ਔਰ ਪੇਸ਼ ਕਰਨ ਤੋਂ ਪਹਿਲਾਂ ਇਹਨਾਂ ਨੇ ਬਕਾਇਦਾ ਇੱਕ ਚਿੱਠੀ ਲਿਖ ਕੇ ਸਾਡੇ ਇੱਕ ਰਿਸ਼ਤੇਦਾਰ ਦੇ ਮੇਰੇ ਦੇ ਨਾਂ 'ਤੇ ਬਕਾਇਦਾ ਉਹਨੂੰ ਰਿਕਾਰਡ 'ਤੇ ਲੈ ਕੇ ਆਉਂਦਾ ਕਿ ਵੀ ਅੱਜ ਅਸੀਂ ਇਕਬਾਲ ਸਿੰਘ ਨੂੰ ਪੇਸ਼ ਕਰ ਰਹੇ ਹਾਂ। ਉਸ ਤੋਂ ਬਾਅਦ ਪਰ ਇਹਨੇ ਦੂਜੇ ਦਿਨ ਦੇ ਵਿੱਚ ਮੇਰੀ ਗ੍ਰਿਫਤਾਰੀ ਸ਼ੋਅ ਕੀਤੀ, ਮਤਲਬ ਕਿ ਪੇਸ਼ ਤਾਂ ਕਰਕੇ ਗਈ ਮੇਰੇ ਪਿੰਡ ਦੀ ਪੰਚਾਇਤ, ਪਰ ਇਹਨੇ ਦੂਜੇ ਦਿਨ ਦੇ ਵਿੱਚ 22 ਤਰੀਕ ਦੇ ਵਿੱਚ ਮੇਰੀ ਗ੍ਰਿਫਤਾਰੀ ਸ਼ੋਅ ਕੀਤੀ ਆਪਦੇ ਜਿਹੜੇ ਇਹ ਯਾਰ ਦੋਸਤ ਸਰਪੰਚ ਅਤੇ ਮੈਂਬਰ ਰਾਹੀਂ, ਉਹਨਾਂ ਦੇ ਰਾਹੀਂ ਇੱਕ ਫਰਜ਼ੀ ਮਤਲਬ ਤੌਰ 'ਤੇ। ਜਦੋਂ ਇਹਨਾਂ ਦੇ ਉੱਪਰ ਤਸ਼ੱਦਦ ਹੋਇਆ, ਜਿਹੜੀ ਇਹਨਾਂ ਦੀ ਅੱਜ ਇਹ ਹਾਲਤ ਅਸੀਂ ਦੇਖ ਰਹੇ ਹਾਂ ਮੰਜੇ ਦੇ ਉੱਪਰ ਪਏ ਆ, ਇਹ ਹਾਲਤ ਜਿਹੜਾ ਪੁਲਿਸ ਸਟੇਸ਼ਨ ਤੋਂ ਆਉਣ ਤੋਂ ਬਾਅਦ ਹੀ ਹੋ ਗਈ ਸੀ ਕਿ ਜੇ ਕੁਝ ਸਮਾਂ ਬਾਅਦ ਜਿਹੜਾ ਇਹਨਾਂ ਨਾਲੇ ਸਭ ਕੁਝ ਵਾਪਰਦਾ ਰਿਹਾ? ਨਹੀਂ, ਮੈਡੀਕਲੀ ਕੀ ਵਾਪਰਦਾ ਵਾ ਵੀ ਪੁਲਿਸ ਆ ਜਿਹੜੀ ਉਹ ਸਾਡੇ ਥਾਣਿਆਂ ਦੇ ਵਿੱਚ ਅੱਜ ਵੀ ਇਹੀ ਕੁਝ ਵਾਪਰਦਾ ਵਾ। ਉਹਨਾਂ ਨੇ ਇੱਕ ਮਤਲਬ ਬਕਸੇ ਬਣਾਏ ਹੋਏ ਆ ਸਾਰੇ ਥਾਣਿਆਂ ਦੇ ਵਿੱਚ, ਉਹ ਰੱਖੇ ਹੋਏ ਆ। ਕੋਈ ਥਾਣਾ ਵੀ ਆਪਾਂ ਲੈ ਲਈਏ ਉਹ ਠੀਕ ਆ, ਵੀ ਆਪਾਂ ਜੇ ਅੱਜ ਕੱਲ੍ਹ ਕੋਈ ਮਨੁੱਖੀ ਅਧਿਕਾਰ ਕਮਿਸ਼ਨ ਜਾਂ ਕੋਈ ਹੋਰ ਕੋਈ ਰੇਡ ਕਰੂਗਾ ਉਦੋਂ ਨਹੀਂ ਉਹ ਮਿਲਣਗੇ, ਬਟ ਉਹ ਹੈ ਸਾਰਿਆਂ ਥਾਣਿਆਂ ਦੇ ਵਿੱਚ। ਕੀ ਆ, ਇੱਕ ਬਕਸੇ ਨੂੰ ਮੈਂ ਰੱਖੇ ਹੋਏ ਆ, ਉਹਨੂੰ ਬਿਜਲੀ ਦਾ ਜਿਹੜਾ ਕਰੰਟ ਉਹਨੂੰ ਦਿੱਤਾ ਹੋਇਆ ਵਾ ਅਤੇ ਉਹ ਬਟਨ ਨੱਪਿਆ ਜਾਂਦਾ ਵਾ, ਚੂੰਡੀਆਂ ਬਣਾਈਆਂ ਹੋਈਆਂ ਵਾ, ਉਹ ਚੂੰਡੀਆਂ ਕੰਨਾਂ ਨੂੰ ਪੈਰਾਂ ਨੂੰ ਹੱਥਾਂ ਨੂੰ ਲਾਈਆਂ ਜਾਂਦੀਆਂ। ਮੇਰੇ ਵੀ ਇੱਥੇ ਲਾਈ ਆ, ਮੇਰਾ ਸਾਰਾ ਹੱਥ ਕਾਲਾ ਸੀਗਾ। ਇਵੇਂ ਇਹ ਕੁੜੀ ਨੂੰ ਸਾਡੀ ਨੂੰ ਇਹਨੂੰ ਵੀ ਲਾਇਆ ਗਿਆ ਅਤੇ ਸਿਰ ਨੂੰ ਹੱਥ ਕੰਨਾਂ ਨੂੰ ਹੱਥਾਂ ਨੂੰ, ਉਹ ਦੇਖੋ ਵੀ ਜਿਹੜੇ ਕਰੰਟ ਲਾਉਣ ਦੇ ਨਾਲ ਜਿਹੜੇ ਪੈਰਾਂ ਦੇ ਅਤੇ ਹੱਥਾਂ ਦੇ ਜਿਹੜੇ ਨਹੁੰ ਆ ਉਹ ਮਤਲਬ ਖਤਮ ਹੋ ਗਏ, ਪਰ ਉਹ ਇੱਕਦਮ ਨਹੀਂ ਹੋਏ। ਮੈਡੀਕਲੀ ਕੀ ਆ, ਜੋ ਡਾਕਟਰਾਂ ਦੇ ਨਾਲ ਵੀ ਮੇਰੀ ਗੱਲ ਹੋਈ, ਮੈਂ RTI ਦੇ ਵਿੱਚ ਰਿਕਾਰਡ ਤੱਕ ਮੰਗਿਆ, ਵੱਖ ਵੱਖ ਭਾਰਤ ਜਿਹੜੇ ਭਾਰਤ ਦੇ ਵੱਡੇ ਹਸਪਤਾਲ ਆ, ਬੰਬੇ, ਕਲਕੱਤਾ, ਏਮਜ਼, ਇਹਨਾਂ ਸਾਰਿਆਂ ਤੋਂ ਮੈਂ ਇਸ ਗੱਲ ਦੀਆਂ ਰਿਪੋਰਟਾਂ ਮੰਗਾਈਆਂ ਵੀ ਜੇ ਜਦੋਂ ਕਿਸੇ ਨੂੰ ਕੋਈ ਇਲੈਕਟ੍ਰੀਕੂਟਡ ਕੀਤਾ ਜਾਂਦਾ, ਪਰ ਕਰੰਟ ਦੇ ਸ਼ੌਕ ਲਗਾਏ ਜਾਂਦੇ ਆ, ਤਾਂ ਸਰੀਰ ਦੇ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆਉਂਦੇ ਆ। ਪਰ ਅੱਜ ਸਾਡੇ ਦੇਸ਼ ਦੇ ਵਿੱਚ ਇਹੋ ਜਿਹਾ ਕੋਈ ਪ੍ਰੋਵੀਜ਼ਨ ਨਹੀਂ ਹੈਗਾ ਕਿ ਇਹਨੂੰ ਬਾਹਰਲੇ ਦੇਸ਼ਾਂ ਵਾਂਗੂ ਇਹਨੂੰ ਐਵੀਡੈਂਸ ਦੇ ਤੌਰ 'ਤੇ ਵਰਤਿਆ ਜਾਵੇ, ਜਾਂ ਇਹਨੂੰ ਐਵੀਡੈਂਸ ਬਣਾਉਣ ਵਾਸਤੇ ਕੋਈ ਵੀ ਪ੍ਰੋਵੀਜ਼ਨ ਨਹੀਂ ਹੈਗਾ ਗਾ। ਭਾਵੇਂ ਕਿੱਥੇ ਮਨੁੱਖੀ ਅਧਿਕਾਰ ਕਮਿਸ਼ਨ ਕੰਮ ਕਰਦੇ ਨੇ, ਬਸ ਉਹ ਨਾਂ ਦੇ ਨੇ ਸਾਰੇ ਫਰਜ਼ੀ, ਸਾਰਾ ਕੁਛ ਐਵੇਂ ਪੋਲੀਟੀਕਲੀ ਮਤਲਬ ਮੋਟੀਵੇਟਡ ਹੁੰਦੇ ਆ। ਅਤੇ ਇਹ ਕਰੰਟ ਜਿਹੜੀ ਇਹ ਹੌਲੀ 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 ਮਤਲਬ ਇਹ ਡਿੱਗਦੀ ਜਿਵੇਂ ਕਹਿ ਲਈਏ ਵੀ ਘਟਦਾ ਘਟਦਾ ਜਿਹੜੀਆਂ ਸਰੀਰ ਦੀਆਂ ਨਾੜਾਂ ਸੀਗੀਆਂ ਉਹ ਮੈਡੀਕਲੀ ਮਰਦੀਆਂ ਗਈਆਂ। ਮੇਰੇ 'ਤੇ ਕੇਸ ਪਾ ਕੇ ਤਾਂ ਮੈਨੂੰ ਜੇਲ੍ਹ ਭੇਜਤਾ। ਦਹਿਸ਼ਤ ਅਤੇ ਡਰ ਇੰਨਾ ਸੀ ਵੀ ਇਹਨਾਂ ਮਾਮਾ ਧੀਆਂ ਨੇ ਤਾਂ ਕਿਸੇ ਕੋਲ ਗੱਲ ਵੀ ਨਹੀਂ ਕੀਤੀ ਗਈ। ਅਤੇ ਮੈਨੂੰ ਜੇਲ੍ਹ ਦੇ ਵਿੱਚ 1-2 ਮਹੀਨਿਆਂ ਬਾਅਦ ਮੁਲਾਕਾਤ ਸ਼ੁਰੂ ਹੋਈ, ਤਾਂ ਮੈਨੂੰ ਉਦੋਂ ਤੱਕ ਵੀ ਦੱਸਿਆ, ਮੈਨੂੰ ਤਾਂ ਬਾਹਰ ਆਏ ਤੋਂ ਪਤਾ ਲੱਗਾ ਜਦੋਂ ਮੈਂ 3 ਸਾਲਾਂ ਬਾਅਦ ਬਾਹਰ ਆਇਆ ਅਤੇ ਉਦੋਂ ਆ ਕੇ ਮੈਂ ਇਲਾਜ ਸ਼ੁਰੂ ਕੀਤਾ। ਹਾਲਾਂਕਿ ਸ਼ਿਕਾਇਤਾਂ ਤਾਂ ਮੈਂ ਸੇਮ ਡੇ ਹੀ ਸ਼ੁਰੂ ਕਰਤੀਆਂ ਸੀਗੀਆਂ, ਜਦੋਂ ਵੀ ਮੈਂ ਜੇਲ੍ਹ 'ਚ ਗਿਆ ਤਾਂ ਪਹਿਲੀ ਚਿੱਠੀ ਮੈਂ ਜਾਣਸਾਰ ਲਿਖਤੀ ਸੀ ਐਜ਼ ਪਰ ਰਿਕਾਰਡ, ਅੱਜ RTI ਦੇ ਵਿੱਚ ਮੇਰੇ ਕੋਲ ਸਾਰਾ ਰਿਕਾਰਡ ਆ। ਪਹਿਲੇ ਦਿਨ ਤੋਂ ਇਹ ਮਤਲਬ ਵੀ ਮਾਤਾ ਨੂੰ ਅਤੇ ਇਸ ਕੁੜੀ ਨੂੰ, ਭੈਣ ਨੂੰ ਗ੍ਰਿਫਤਾਰ ਜਿਹੜੀ ਨਜਾਇਜ਼ ਹਿਰਾਸਤ ਵਿੱਚ ਰੱਖਣ ਸੰਬੰਧੀ ਸ਼ਿਕਾਇਤ ਆ ਜਿਹੜੀ ਉਹ ਮੇਰੀ ਉਦੋਂ ਸ਼ੁਰੂ ਹੋ ਗਈ ਆ ਜੇਲ੍ਹ ਦੇ ਵਿੱਚ ਜਾ ਕੇ। ਪਰ ਜਿਹੜਾ ਮੈਡੀਕਲੀ ਡਿਸੇਬਲ ਹੋਣ ਦੀ ਗੱਲ ਆ, ਉਹ ਹੌਲੀ 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 ਕਈ ਸਾਲਾਂ ਬਾਅਦ ਕਰਦੀ ਜਾਂਦੀ, ਮੈਂ ਕਹਿ ਸਕਦਾ ਵੀ ਉਹ ਅੱਜ 12 ਕੁ ਸਾਲ ਹੋ ਚੁੱਕੇ ਆ ਅਤੇ 4-5 ਸਾਲਾਂ ਬਾਅਦ ਆਫਟਰ ਕਹਿ ਲਈਏ ਕੁੱਲ 17 ਸਾਲ ਹੋ ਕੇ, ਤਾਂ ਮਤਲਬ 4-5 ਸਾਲ ਲੱਗੇ ਮੰਜੇ 'ਤੇ ਪੈਣ ਨੂੰ, ਹੌਲੀ 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 ਹੁਣ ਅਤੇ ਉਹ ਡਿਸੇਬਲ ਹੁੰਦੀ ਗਈ, ਇੰਨਾ ਟਾਈਮ ਲੱਗਿਆ। ਅਸੀਂ ਇਹਨਾਂ ਦੀ ਹਾਲਤ ਦੇਖੀ ਹੈ, ਪੁਲਿਸ 'ਤੇ ਉਸ ਤੋਂ ਬਾਅਦ ਕੋਈ ਦਬਾਅ ਬਣਾਇਆ, ਕੋਈ ਪੁਲਿਸ 'ਤੇ ਕਾਰਵਾਈ ਵਾਸਤੇ ਕੋਈ ਗੱਲਬਾਤ ਚੱਲੀ, ਕਿਸੇ ਨੇ ਬਾਂਹ ਫੜੀ ਤੁਹਾਡੇ ਪਰਿਵਾਰ ਦੀ, ਆ ਕੇ ਲੜਕੀ ਦੀ ਹਾਲਤ ਦੇਖ ਕੇ? ਤੁਸੀਂ ਦੇਖਿਆ ਕਿ ਖਬਰਾਂ ਤੁਹਾਡੇ ਥਾਂ ਥਾਂ ਲੱਗੀਆਂ ਹੋਈਆਂ, ਕਿਸੇ ਨੇ ਆਖਿਆ ਵੀ ਪੁਲਿਸ ਵਾਲੇ 'ਤੇ ਕਾਰਵਾਈ ਹੋਵੇ, ਜਿਹਨੇ
देखो पुलिस के खिलाफ किसी का बोलना यह मेरा ख्याल आ भी इत्थे कोई भी जड़ी कोई इस तरह की मतलब हिम्मत कह लिए जां कोई वो रखता नहीं गा। पोलिटिकली गल कर लो, पोलिटिकली जे आप गल करिए किसी लीडर ने अज तक मतलब इस 17 साल हजारां खबरियां खबर अखबारों के लगियां किसी ने फोका हाँ का नारा भी नहीं मारिया गा। अज भी जे आप पोलिटिकल लीडर की गल करिए जे वोट पवानी होवे मंजे समेत चक के लै जाणगे, पर ਇਹ ਇਨਸਾਫ ਦਵਾਉਣ ਵਾਸਤੇ ਇਹ ਹਾ ਦਾ ਨਾਰਾ ਮਾਰਨ ਵਾਸਤੇ ਸਾਰੇ ਲੀਡਰਾਂ ਦੇ ਮੂੰਹ ਸਿਉਂਤੇ ਜਾਂਦੇ ਆ। ਕਾਰਨ ਕੀ ਆ, ਕਾਹਤੋਂ ਸਿਉਂਤੇ ਜਾਂਦੇ ਆ? ਕਿਉਂਕਿ ਜਿਹੜੀ ਪੁਲਿਸ ਆ ਇਹ ਲੀਡਰਾਂ ਦੀ ਰਖੇਲ ਆ, ਲੀਡਰਾਂ ਦੇ ਕਮਾਊ ਪੁੱਤ ਨੇ, ਇਹਨਾਂ ਨੇ ਕੰਮ ਲੈਣੇ ਉਹਨਾਂ ਤੋਂ, ਮਰ ਮਰਜ਼ੀ ਦੀਆਂ ਉਹਨਾਂ ਨੂੰ ਪੋਸਟਾਂ ਦੇ ਕੇ ਉਹਨਾਂ ਤੋਂ ਜਾਇਜ਼ ਨਜਾਇਜ਼ ਕੰਮ ਲੈਣੇ ਆ। ਕਿਹੜਾ ਪੁਲਿਸ ਅਫਸਰ ਇਹੋ ਜਿਹਾ ਵਾ ਜਿਹੜਾ ਥਾਣੇ 'ਚ ਲੱਗ ਕੇ ਉਹਨੇ ਕੋਈ ਧਰਮ ਕਰਮ ਦੇ ਕੰਮ ਕੀਤੇ ਹੋਣ? ਲੱਗਦਾ ਹੀ ਕਿਹੜਾ ਵਾ ਜਿਹਨੇ ਨਜਾਇਜ਼ ਕੰਮ ਕਰਨੇ ਹੋਣਗੇ? ਜਿਹੜੇ ਜਾਇਜ਼ ਕੰਮ ਕਰਨੇ ਸਾਰੀ ਪੁਲਿਸ ਮਾੜੀ ਨਹੀਂ, ਬਹੁਤ ਥੋੜ੍ਹੇ ਨੇ, 10% 20% 25% ਹੋਣਗੇ, 75% ਤਾਂ ਫਿਰ ਵੀ ਚੰਗੇ, ਪਰ ਜਿਹੜੇ 75% ਨੇ ਉਹ ਪੁਲਿਸ ਅਫਸਰ ਇਸ ਤਰ੍ਹਾਂ ਨਹੀਂ ਕਰਦੇਗੇ। ਗਲਤ ਕੰਮ ਕਰਨ ਵਾਲੇ ਹਮੇਸ਼ਾ ਲੀਡਰਾਂ ਦੇ ਮੋਹਰੇ ਬਣ ਕੇ ਕੰਮ ਕਰਦੇ ਆ। ਅਤੇ ਲੀਡਰ ਆ ਜਿਹੜੇ ਤੁਸੀਂ ਹਿਸਾਬ, ਇੱਕ ਬੜੀ ਸਾਕਸ਼ਾਤ ਉਦਾਹਰਨ ਆ, ਜਦੋਂ ਸਰਕਾਰ ਬਦਲਦੀ ਆ ਤਾਂ ਥਾਣੇਦਾਰ ਬਦਲ ਜਾਂਦੇ ਆ, ਮੁਨਸ਼ੀ ਬਦਲ ਜਾਂਦੇ ਆ, SHO DSP ਬਦਲ ਜਾਂਦੇ, ਈਵਨ ਦੈਨ SSP ਆਪਦੀ ਮਰਜ਼ੀ ਦਾ ਆਉਂਦਾ। ਕਿਹਦੀ ਮਰਜ਼ੀ ਦਾ? ਸੰਬੰਧਿਤ MLA ਜਾਂ ਮੰਤਰੀ ਜੀ ਦਾ ਹਲਕਾ ਹੁੰਦਾ ਵਾ, ਅਤੇ ਕਾਹਦੇ ਵਾਸਤੇ ਆਉਂਦੇ ਆ? ਮਰ ਮਰਜ਼ੀ ਦੇ ਕੰਮ ਕਰਾਉਣੇ ਹੁੰਦੇ ਆ, ਕਿਹਾ ਜਾਂਦਾ ਵਾ ਅਕਸਰ, ਆਪਾਂ ਦੇਖਦੇ ਨਾ, ਇੱਕ ਸਾਕਸ਼ਾਤ ਉਦਾਹਰਨ ਆ। ਇਸ ਕਰਕੇ ਜਿਹੜੇ ਇਹ ਪੋਲੀਟੀਕਲ ਲੋਕ ਆ ਇਹਨਾਂ ਨੇ ਹਾ ਦਾ ਨਾਰਾ ਕਿੱਥੇ ਮਾਰਨਾ? ਇਹਨਾਂ ਤੋਂ ਮੈਂ ਆਸ ਕਿਵੇਂ ਕਰ ਸਕਦਾ ਵਾਂ? ਉਹ ਜਿਹੜੇ ਪੁਲਿਸ ਅਫਸਰ ਨੇ ਗੁਰਿੰਦਰਪਾਲ ਨੇ ਤਸ਼ੱਦਦ ਕੀਤਾ ਹੈ, ਸਾਰਾ ਅਣਮਨੁੱਖੀ ਵਰਤਾਰਾ ਵਾਪਰਿਆ ਹੈ ਤੁਹਾਡੇ ਪਰਿਵਾਰ ਨਾਲ, ਉਹਦੀ ਕੋਈ ਡਿਮੋਸ਼ਨ ਹੋਈ ਹੋਵੇ, ਕੋਈ ਉਹਦੀ ਸਸਪੈਂਸ਼ਨ ਹੋਈ ਹੋਵੇ, ਕੋਈ ਇਹੀ ਚੀਜ਼ ਸਰਕਾਰ ਵੱਲੋਂ ਹੋਈ ਕੋਈ ਪੁਲਿਸ ਅਫਸਰਾਂ ਵੱਲੋਂ? ਤੁਸੀਂ ਇਹ ਦੇਖੋ ਵੀ 2010 ਦੇ ਵਿੱਚ ਮੈਨੂੰ RTI ਦੇ ਵਿੱਚ ਇੰਟੈਲੀਜੈਂਸ ਦੀ ਇੱਕ ਗੁਪਤ ਪੜਤਾਲ ਰਿਪੋਰਟ ਮਤਲਬ ਮਿਲਦੀ ਆ। ਉਸ ਇੰਟੈਲੀਜੈਂਸ ਦੀ ਗੁਪਤ ਪੜਤਾਲ ਦੇ ਵਿੱਚ ਸਾਫ਼ ਲਿਖਿਆ ਹੋਇਆ ਵਾ ਕਿ ਇਕਬਾਲ ਸਿੰਘ ਅਤੇ ਉਹ ਨੂੰ 21 ਤਰੀਕ ਨੂੰ SHO ਗੁਰਿੰਦਰ ਸਿੰਘ ਬਲ ਅਤੇ ASI ਰਾਜਵੀਰ ਸਿੰਘ ਕੋਲ ਪੇਸ਼ ਕੀਤਾ ਗਿਆ, ਅਤੇ ਇਹਨੇ ਫਰਜ਼ੀ ਤੌਰ 'ਤੇ ਝੂਠੇ ਕੇਸ ਦੇ ਵਿੱਚ ਫਸਾ ਕੇ ਜੇਲ੍ਹ ਭੇਜਿਆ ਇਸ ਪਰਿਵਾਰ ਨੂੰ, ਅਤੇ ਅਖੀਰ ਦੇ ਵਿੱਚ ਇੰਟੈਲੀਜੈਂਸ ਨੇ ਆਪਦੀ ਰਿਕਮੈਂਡੇਸ਼ਨ ਦਿੱਤੀ ਆ ਕਿ ਮੌਕੇ ਦਾ SHO ਗੁਰਿੰਦਰ ਸਿੰਘ ਬਲ, ASI ਰਾਜਵੀਰ ਸਿੰਘ ਚੌਂਕੀ ਇੰਚਾਰਜ, ਅਤੇ ਦੋਨੇ ਫਰਜ਼ੀ ਗਵਾਹ ਉਹਨਾਂ ਦੇ ਨਾਂ ਲਿਖੇ, ਇਹਨਾਂ ਚਾਰਾਂ ਤੋਂ ਜੇਕਰ ਸਖਤੀ ਨਾਲ ਪੁੱਛ ਪੜਤਾਲ ਕੀਤੀ ਜਾਵੇ, ਇਹਨਾਂ 'ਤੇ ਕਾਰਵਾਈ ਕੀਤੀ ਜਾਵੇ ਤਾਂ ਸੱਚਾਈ ਵੀ ਸਾਹਮਣੇ ਆਜੂਗੀ ਅਤੇ ਪਰਿਵਾਰ ਨੂੰ ਇਨਸਾਫ਼ ਵੀ ਮਿਲ ਜੂਗਾ। ਇਹ ਜਿਹੜੀ ਰਿਪੋਰਟ ਆ ਇਹ 2010 ਦੇ ਵਿੱਚ RTI 'ਚ ਮੈਨੂੰ ਮਿਲੀ। ਮੈਂ ਇਸ ਰਿਪੋਰਟ ਦੇ ਆਧਾਰ 'ਤੇ 2010 ਤੋਂ ਇੱਕ ਪੁਖਤਾ ਸਬੂਤ ਦੇ ਆਧਾਰ 'ਤੇ ਉਹਦੇ ਖਿਲਾਫ਼ ਕਾਰਵਾਈ ਵਾਸਤੇ ਭਾਰਤ ਦੇ ਰਾਸ਼ਟਰਪਤੀ ਤੱਕ ਚਿੱਠੀਆਂ ਲਿਖੀਆਂ। ਹੁਣ ਤੱਕ ਕੋਈ 35,000 ਚਿੱਠੀਆਂ ਮੈਂ ਲਿਖ ਚੁੱਕਿਆ ਵਾਂ, ਜਿਹਦੇ ਵਿੱਚੋਂ ਜਾਣੀ ਦੀ 75% RTI ਆ ਅਤੇ ਬਾਕੀ 25% ਸ਼ਿਕਾਇਤਾਂ ਨੇ, ਅਤੇ ਉਹ ਸ਼ਿਕਾਇਤਾਂ ਮੈਂ UNO ਤੱਕ ਲਿਖੀਆਂ। ਮੈਂ ਉਹਨੂੰ ਖਿਲਾਫ਼ ਕਾਰਵਾਈ ਮੰਗੀ ਤੱਥਾਂ ਦੇ ਆਧਾਰ 'ਤੇ, ਸਬੂਤਾਂ ਦੇ ਆਧਾਰ 'ਤੇ। ਸਬੂਤ ਕੀ ਨੇ ਮੈਂ ਤੁਹਾਨੂੰ ਮੋਟੇ ਜੇ 5-10 ਵੈਸੇ ਤਾਂ ਬਾਹਲੇ ਨੇ, ਪਰ ਤੁਹਾਨੂੰ ਮੈਂ ਮੋਟੇ 5 ਸਬੂਤ ਦੱਸਦਾ ਵੀ ਨਾ ਤਾਂ ਉਸ ਟਾਈਮ ਥਾਣਾ ਸੀ, ਨਾ ਉਹ SHO ਲੱਗਣ ਦੀ ਉਹਦੇ ਕੋਲ ਯੋਗਤਾ ਸੀ। ਈਵਨ ਦੈਨ ਮੇਰੇ ਹੀ ਗ੍ਰਿਫਤਾਰੀ 21 ਤਰੀਕ ਨੂੰ ਹੋਈ ਐਜ ਪਰ ਰਿਕਾਰਡ, ਪਰ ਉਹਨੇ ਆਪਦੇ ਕੇਸ ਦੇ ਵਿੱਚ ਜਿਹੜਾ ਫਰਜ਼ੀ ਪਾਇਆ ਉਹਦੇ ਵਿੱਚ 22 ਤਰੀਕ ਦਿਖਾਈ, ਅਤੇ 10 ਸਾਲ 22 ਤਰੀਕ ਦੇ ਵਿੱਚ ਹੀ ਅਦਾਲਤ ਦੇ ਵਿੱਚ ਮੇਰੇ 'ਤੇ ਝੂਠਾ ਕੇਸ ਚੱਲਦਾ ਰਿਹਾ, ਜਿਹਦੇ ਵਿੱਚੋਂ ਮੈਂ 10 ਸਾਲਾਂ ਬਾਅਦ 2014 ਦੇ ਵਿੱਚ ਬਰੀ ਹੁੰਦਾ ਮੈਂ ਜਾ ਕੇ। ਇਸ ਤੋਂ ਅੱਗੇ ਕਿ ਇੱਕ ਸਾਲ ਭਰ ਮੇਰੇ ਘਰ ਰੇਡਾਂ ਫਰਜ਼ੀ ਸ਼ੋਅ ਕੀਤੀਆਂ, ਉਹ ਰੇਡਾਂ ਨੂੰ ਮੈਂ ਸਾਬਤ ਕੀਤਾ ਐਜ ਪਰ ਰਿਕਾਰਡ RTI ਦੇ ਵਿੱਚ ਕਿ ਜਿਹੜੇ ਵਹੀਕਲ ਦੇ ਉੱਤੇ ਉਹ ਸਰਕਾਰੀ ਜੈਪਸੀ 'ਤੇ ਰੇਡਾਂ ਮਾਰੀਆਂ ਦਿਖਾਈਆਂ, ਉਹ ਲੌਗ ਬੁੱਕ ਦੇ ਵਿੱਚ ਇੱਕ ਵੀ ਰੇਡ ਨਹੀਂ ਮੇਰੇ ਕੋਲ, ਰੋਜ਼ਨਾਮੇ 'ਚ ਇੱਕ ਵੀ ਰੇਡ ਨਹੀਂ ਗੀ, ਅਤੇ ਇੱਥੋਂ ਤੱਕ ਕਿ 22 ਤਰੀਕ ਦੇ ਵਿੱਚ ਜਿਹੜੀ ਮੇਰੀ ਗ੍ਰਿਫਤਾਰੀ ਦਿਖਾਈ ਉਹ ਮੇਰੇ ਫਾਦਰ ਮਲਕੀਤ ਸਿੰਘ, ਜਿਨ੍ਹਾਂ ਦੀ ਮੌਤ ਉਦੋਂ 11 ਸਾਲ ਪਹਿਲਾਂ ਜਾਣੀ ਦੀ 6/6/94 ਨੂੰ ਹੋ ਚੁੱਕੀ ਆ, ਔਰ ਉਹ ਟੀਚਰ ਸੀਗੇ, ਉਹਨਾਂ ਦੀ ਮੌਤ ਤੋਂ ਬਾਅਦ ਮੈਂ ਉਹਨਾਂ ਦੀ ਜਗ੍ਹਾ ਦੇ ਉੱਤੇ ਸਰਕਾਰੀ ਨੌਕਰੀ ਕਰਦਾ ਰਿਹਾ ਵਾਂ, ਅਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਮੇਰੀ ਗ੍ਰਿਫਤਾਰੀ ਦਿਖਾਈ ਜਾਂਦੀ ਆ, ਉਹ ਪਰਨਾ ਬਰਾਮਦੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਦਿਖਾਈ ਜਾਂਦੀ ਆ, ਫਰਦ ਬਰਾਮਦੀ ਦੇ ਉੱਤੇ ਸਾਈਨ ਤੱਕ ਕੀਤੇ ਦਿਖਾਏ ਲਿਖੇ ਜਾਂਦੇ ਆ, ਮਤਲਬ ਆਪਦੇ ਬਿਆਨ ਦੇ ਵਿੱਚ, ਇਹ ਸਾਰਾ ਕੁਝ ਫਰਜ਼ੀ ਬਣਾਇਆ। ਔਰ ਇਹ ਸਾਰੇ ਰਿਕਾਰਡ ਦੇ ਆਧਾਰ 'ਤੇ ਮੈਂ
जी शिकायत करदा मैं नैशनल ह्यूमन राइट्स कमिशन नैशनल एस सी कमिशन राजकुमार बेरका उदों एस सी कमिशन के चेयरमैन से वाइस चेयरमैन से उन्होंने पड़ताल आपकी इंट लिखी दे आर्डर किए ए डी जी पी क्राइम जन की डायरेक्टर ब्यूरो उसकी पड़ताल हुई। उस तो पहला डी जी पी ह्यूमन राइट रजिंदर सिंह जी उन्होंने आपकी जी पड़ताल आने सारिया गल् जी नजायज़ हरासत मुख मुद्दा नजायज़ हरासत तो साबित किया कि भी एज पर रिकॉर्ड ये नजायज़ हरासत में रहे। उन्होंने आपकी रिपोर्ट के रिकमेंडेशन की कि इस परिवार का इन्ना नुकसान हो गया इन्हों 5-5 लाख रुपया मुआवजा भी दिता जाए पर कोई सुनने वाला नहीं होया कि करनी तो उत्ते कार्रवाई चाहिए सी पर थानेदार गुरिंदर सिंह जिहड़ा डी एस पी प्रमोट कर दिता गया जदों के उहदे उत्ते मेरे केस तो बिना होर भी केस ने उहदे ते अदालत ने चार्ज तक लाया होया वा एक केस दे विच बावजूद इस दे उहनू मतलब प्रमोट कर दिता गया। हुण सवाल आ भी कातों करता क्योंकि वह पटियाले कैप्टन अमरिंदर सिंह ते महाराणी प्रनीत कौर की छत्र छाया च बैठा वा पटियाले लग्या होया वा ते असीं समझदे आ भी पटियाले कौन लगता वा जिहदे उत्ते मोती महल दा हत्थ हुंदा वा उह लगता वा ते उह उहदे ते खिलाफ़ भावें जिन्ने मर्जी सबूत होण जिन्ने मर्जी ऑर्डर हो जाण होम सैकटरी ने आर्डर करता एस सी कमिशन ने आर्डर करता क्राइम ब्रांच ने लिखता किन्ने ऑर्डर दिखावा मैं थोनू सारे लिखते आ कि कार्रवाई होवे साफ तौर पर एफ आई आर दर्ज करते होम सैकटरी दफ्तर ने सीधे ऑर्डर किए देख सकते हो लगे हुए कंधे उत्ते मैं लाए हुए पर बावजूद इस दे हवा वल कोई नहीं झाक सकता क्योंकि उहदे ते मोती महल की छत्र छाया वा। तुसीं एक चिट्ठी लिखी है मुख्यमंत्री ने भी तुसीं कहा कि उपर तक सारयां नूं लिखी है उस चिट्ठी दे विच तुसीं कहा कि लड़की वालों ही लिखी है कि मैनूं मरन की आग्या दित्ती जाए अजिही चिट्ठी लिखना क्योंकि बड़ा औखा हुंदा कि मौत मंगनी बहुत औखी है आपदे बच्चों लई और माता बैठी है तुसीं क्या उहदे भी चिट्ठी दस्तखत अजिही की नौबत आई है कि हुण मौत मंग रहे हो इहनां लई। इहदा कारण इह बणिया भी असीं जदों रोज़ सुबह उठदे आ ते इह अपनी बच्ची नूं असीं पल पल मरदे देखदे आ सब कुछ मंजे ते आ पानी भी मंजे ते रोटी भी मंजे ते पेशाब भी मंजे ते लैटरीन भी मंजे ते इहदी जिंदगी सिर्फ मंजा वा। इस तरह वा भी जिवें ने कोई अपने पिछले जन्मां दे विच जां कह लईए जिवें कहिंदे आ कि भी इहने कोई बहुत वड्डा गुनाह कीता होवे हालांकि गुनाह इहने नहीं कीता गुनाह करन वाला बैठा मोती महल दी छत्र छाया च ते असी हुण तक हज़ारां 35,000 चिट्ठियां लिखतियां अखबारां च खबरां लातियां दुनिया भर के दफ्तरां दे विच शिकायतां करतियां भारत दा पंजाब दा ते भारत दा कोई इहो जिहा दफ्तर नहीं जिथे साडी फैल ना होवे तुसी जिहड़े मर्जी दफ्तर चों पुछ लो जिहड़ा कंसर्नड मतलब इहदे नाल संबंधित होगा ते कोई इहो जिहा बंदा नहीं जिहदे असी गुहार ना लगाई होवे इंसाफ लैण लई ते बावजूद इस दे उस बंदे नूं सज़ा मिलण दी बजाए उहनूं तरक्की मिल जावे तो फिर असी इन्हां कानून दे राखियां नूं ये गल लिखती रूप च कही आ कि फिर सानू मारन की आग्या दे दो जे सानू जाउण की आग्या नहीं तुसी दे सकदे गे तो फिर सानू मरन की आग्या दे दो इस करके असी दुखी होकर ये गल कही आ। असी देखते हाँ कि पंजाब का महिला कमिशन पिछले दिन ही बड़ा एक्टिव है मनीषा गुलाटी की असी गल कर लीए सोशल मीडिया के उत्ते भी कोई खबर देख लैन किसी लड़की की फटाफट उत्थे पहुँच जाते हैं कि तुहाडे घर आए हो मनीषा गुलाटी जी मीडिया के मामला आने तो पहला वैसे मनीषा गुलाटी के दफ्तर जन की महिला कमिशन को 2005 का साडा मसला पेंडिंग आ ठीक है बट 2019 के मनीषा गुलाटी ने चार्ज संभालिया तो 2019 साडे केस के माता दी ते इस भैन की एप्लीकेशन के आधार से दरखास्त के आधार से उन्होंने पहला हुक्म भी जारी किया पत्र लिखा एस एस पी जगराओं को फिर दूजा पत्र लिखा फिर तीजा पत्र लिखा डी जी पी दफ्तर पर तिना पत्रा दे विच लिखा की आ कि 45 दिन के एस पी रैंक का अधिकारी इस लड़की का बयान लैके रिपोर्ट पेश करे तो 2019 तो लैके 21 हो गया 2 साल मनीषा गुलाटी जी के हुक्म इस पुलिस ने बिल्कुल नहीं सुनिया। मामला मीडिया के आया मनीषा गुलाटी जी ऑलरेडी मीडिया के लैंबर हुसैनपुरी या होर मतलब गलों लैके तो मनीषा गुलाटी जी मीडिया के आने तो बाद घर पहुँचे तो मनीषा गुलाटी जी के नाल पहली बार साढ़े इस बच्ची देखण वास्ते कह लो जां उन्हां दे नाल आए आ एस एस पी साहब साढ़े जगराओं तो चरणजीत सिंह सोहल उन्हां दे नाल एस पी साहब से डी एस पी साहब से सारा प्रशासन 3-4 SHO से मनीषा गुलाटी जी आए
आ के चाहिए तो उन्होंने ये भी वह साडा दुख सुन दे जां देख दे ते SSP नू नाल बैठे नू पुछ दे भी SSP साहब आ थोड़े सामने एक जुर्म होया पिया वा ते हुण तक इस परिवार नू इंसाफ क्यों नहीं मिलिया चाहिए तो यह सी ते पर होया पता की वह उल्टा मैनू आके पुछण लग गए कि भी थोनू इंसाफ का तो नहीं मिलिया। हैरानी वाली गल हुई जदों मैं ये गल कही कि मैडम जी तुहाडे हुक्मां नू इत्थे कोई नहीं पुछदा तो वो तैश चाह के कहते हाँ हाँ जी मेरे हुक्म मैं चाहा तो मैं पुलिस की ऐसी दी तैसी कर दूंगी। पर हुण कदों होगी किवें होगी ये तो मेरी समझ तो बाहर आ। उन्होंने आने तो बाद पुलिस कोई हरकत चाहिए कोई गलबात सुनी तुहाडा कोई मामला दर्ज किया उसते कि उन्होंने भी लग्या कि इस केस के मैं वो गल नहीं बननी जी बाकी मिल रही है जी मीडिया की कवरेज बाकी मिल रही है। मेरा ख्याल है भी अजे तक जो मेरे को इनफॉरमेशन इस तरह की कोई पुलिस ने कार्रवाई नहीं की गई क्योंकि पुलिस आ जी दोषी थानेदार बचाने दे विच लगी हुई है वो हाथ बहुत लंबे ने। पुलिस की हिम्मत मेरे हिसाब के नाल है नहीं गी कि उस थानेदार के उत्ते कार्रवाई कर दे है नहीं। दूजे पासे वो तो बहुत तकड़ा उच्च जाति का तकड़ा अप्रोचेबल पैसे के पक्ष तो राजनीतिक ज समाजिक संबंध पहुँच के पक्ष तो तकड़ा वा। दूजे पासे असी गरीब एक मजदूर के घर के ऐसी परिवार जम्मे पले हाँ जां तां मेरी पिट भी बादल ना लगती होंगी तो फिर हो जाना सी ते जां फिर ये धी किसी वड्डे पुलिस अफसर की होंगी किसी लीडर की होंगी तां हो जाना सी ते जां साडे कोले करोड़ होंदा ते फिर तां हो जाना सी। इस करके साडी सुनवाई होनी नहीं। ये लड़की का असं यही गुनाह मान सकते हैं कि यह साढ़े अजिहे सिस्टम च पैदा हुई है जिथे नारे तो यह लगते हैं कि लड़कियों अगे लैके आना लड़कियों बचा है तो तशद्दुद अजिहे ढाए जाते हैं जोड़े असी सोच भी नहीं सकते। बिल्कुल ये सिस्टम की असी शिकार हाँ इतने माड़े सिस्टम के रह रहे हैं। इस सिस्टम के इंसाफ की उम्मीद बहुत घट आ बहुत घट आ। शायद यहोजे सिस्टम के फिर गैंगस्टर भी पैदा होंगे आ इस सिस्टम के फिर कलमा जी हथियार भी बनती आ ये पता नहीं कदों की हो जाता वा क्योंकि सिस्टम माड़ा वा। रोज़ रोज़ जो बंदा मरदा वा तो फिर कई बार बंदा यह भी सोचता भी यार एक दिन ही मर जाओ ये भी होंगे। असीं एक बार फिर लड़की नाल गलबात करांगे परिवार नाल असीं गलबात कर रहे उन्हां तों पुछदे हां कि उन्हां दी की मंग है तुहाडी की मंग है की कारवाई चाहुंदे हो तुसीं जिहड़ा जिन्हां ने तुहाडे नाल अजिहा कुछ वापरिया। ਹਾਂਜੀ ਕੈਪਟਨ ਸਾਹਿਬ ਨੂੰ ਚਿੱਠੀ ਲਿਖੀ ਹੈ ਉਹ ਕਿਹਾ ਵੀ ਜਾਂ ਤਾਂ ਉਹਨੂੰ ਇਨਸਾਫ ਦਿਓ ਜਾਂ ਮੈਂ ਮੌਤ ਦੀ ਮੰਗ ਕੀਤੀ ਮੈਨੂੰ ਮਰਨ ਦੀ ਆਗਿਆ ਦਿੱਤੀ ਜਾਵੇ ਜਾਂ ਇਨਸਾਫ ਦਵਾਇਆ ਜਾਵੇ ਬਸ ਮੇਰੀ ਆਈ ਅਪੀਲ ਆ ਸਾਰਿਆਂ ਇਹੀ ਕੁਛ ਮੰਗਦੀ ਜਾਂ ਇਨਸਾਫ ਜਾਂ ਮੌਤ ਦੋਨਾਂ 'ਚ ਇੱਕ ਕੁਛ ਮਿਲ ਜਾਏ ਨਾ। ਤਾਂ ਬੜਾ ਦਰਦਨਾਕ ਹੈ ਇਹ ਮਾਹੌਲ ਜਿਹੜਾ ਅਸੀਂ ਦੇਖ ਰਹੇ ਹਾਂ। ਲੜਕੀ ਰੋ ਰਹੀ ਜਦੋਂ ਤੋਂ ਅਸੀਂ ਗੱਲਬਾਤ ਕਰ ਰਹੇ ਹਾਂ ਉਦੋਂ ਤੋਂ ਰੋ ਰਹੀ ਯਾਰ ਹੰਝੂ ਰੁਕਦੇ ਵੀ ਨਹੀਂ ਮਾਤਾ ਦੇ ਵੀ ਹੰਝੂ ਨਹੀਂ ਰੁਕ ਰਹੇ ਲੜਕੀ ਦੇ ਵੀ ਹੰਝੂ ਨਹੀਂ ਰੁਕ ਰਹੇ। ਜਿਸ 'ਤੇ ਵਾਪਰੀ ਹੁੰਦੀ ਹੈ ਪਤਾ ਉਸ ਨੇ ਹੁੰਦਾ ਦੂਜੇ ਦੇ ਲਈ ਵੱਖਰੀਆਂ ਗੱਲਾਂ ਹੁੰਦੀਆਂ। ਅਜਿਹੇ ਪੁਲਿਸ ਵਾਲੇ ਬੁੱਚੜ ਪੁਲਿਸ ਵਾਲਿਆਂ ਨੂੰ ਪੁਲਿਸ ਦੇ ਵਿੱਚ ਉੱਚੇ ਅਹੁਦੇ ਦਿੱਤੇ ਜਾਣੇ ਜਿਨ੍ਹਾਂ ਪਰਿਵਾਰਾਂ 'ਤੇ ਤਸ਼ੱਦਦ ਹੋਇਆ ਜਿਹੜੇ ਪਰਿਵਾਰ ਨਾਲ ਵਾਪਰੀ ਹੈ ਜਿਹੜੀ ਲੜਕੀ ਨਾਲ ਇਹ ਘਟਨਾ ਵਾਪਰੀ ਹੈ ਉਹ ਅੱਜ ਮੰਜੇ 'ਤੇ ਪਈ ਹੈ ਮੌਤ ਮੰਗ ਰਹੀ ਹੈ ਪਰ ਉਹ ਅਫਸਰ ਅੱਜ ਵੀ ਕੁਰਸੀ ਦਾ ਨਿੱਘ ਮਾਰ ਰਿਹਾ ਉਹ ਅੱਜ ਵੀ ਉੱਚੇ ਅਹੁਦੇ 'ਤੇ ਬੈਠਾ। ਗੱਲ ਇਹਨਾਂ ਨੇ ਕੀਤੀ ਕਿ ਉਹਨਾਂ 'ਤੇ ਕਾਰਵਾਈ ਕੌਣ ਕਰੂਗਾ ਜਦੋਂ ਕਾਰਵਾਈ ਕਰਨ ਵਾਲਿਆਂ ਦੀ ਉਹ ਬੁੱਕਲ ਦੇ ਵਿੱਚ ਬੈਠਾ ਹੋਵੇ। ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਵਿੱਚ ਇਸ ਵਕਤ ਜਿਹੜੀ ਹੈ ਡਿਊਟੀ ਨਿਭਾ ਰਿਹਾ ਤਾਂ ਕੈਪਟਨ ਸਾਹਿਬ ਜਦੋਂ ਤੁਸੀਂ ਧੀਆਂ ਦੀ ਗੱਲ ਕਰਦੇ ਹੋ ਜਦੋਂ ਤੁਸੀਂ ਧੀਆਂ ਬਚਾਉਣ ਦੀ ਗੱਲ ਕਰਦੇ ਹੋ ਤਾਂ ਇਸ ਧੀ ਦਾ ਦੁੱਖ ਵੀ ਸੁਣੋ ਇਸ ਧੀ ਤੋਂ ਵੀ ਜਿਹੜੀ ਦੀ ਫਰਿਆਦ ਹੈ ਉਹ ਵੀ ਮੰਨੋ ਕਹਿੰਦੀ ਜਾਂ ਤਾਂ ਇਨਸਾਫ ਦੇ ਦਿਓ ਜਾਂ ਮੌਤ ਦੇ ਦਿਓ। ਬੜਾ ਦਰਦਨਾਕ ਮੰਜ਼ਰ ਹੁੰਦਾ ਮੌਤ ਮੰਗਣੀ ਮੌਤ ਕੋਈ ਵੀ ਨਹੀਂ ਮੰਗਦਾ ਅਸੀਂ ਕਹਿੰਦੇ ਹਾਂ ਕਿ ਦੁਸ਼ਮਣ ਦੀ ਵੀ ਮੌਤ ਨਾ ਹੋਵੇ ਪਰ ਜਦੋਂ ਖੁਦ ਲਈ ਅਜਿਹਾ ਮੰਗਣਾ ਪੈਂਦਾ ਤਾਂ ਉਹ ਕਿਹੋ ਜਿਹਾ ਮਾਹੌਲ ਹੋਵੇਗਾ ਕਿਹੜੀ ਪੀੜ ਦੇ ਵਿੱਚੋਂ ਪਰਿਵਾਰ ਲੰਘ ਰਿਹਾ ਹੋਵੇਗਾ ਤਾਂ ਸ਼ਰਮ ਆਉਂਦੀ ਹੈ ਅਜਿਹੇ ਸਿਸਟਮ 'ਤੇ ਸ਼ਰਮ ਆਉਂਦੀ ਹੈ ਅਜਿਹੀਆਂ ਸਰਕਾਰਾਂ 'ਤੇ ਸ਼ਰਮ ਆਉਂਦੀ ਹੈ ਅਜਿਹਿਆਂ ਅਫਸਰਾਂ 'ਤੇ ਜਿਹੜੇ ਆਪਣੀ ਕੁਰਸੀ 'ਤੇ
अपनी वर्दी के रोह में अजिहा तशद्दुद ढा जाते हैं कि उन्होंने तो दिमाग का एक कीड़ा निकलता है अपने रोह का, पर प्रभु जिस ते बीतती है उसकी पूरी जिंदगी तबाह करके रख देती है। तो असी भी उम्मीद करते हैं कि जेकर थोड़ी बहुती भी इंसाफ इतने बचे है तो इस लड़की को दिता जाए, दे परिवार को इंसाफ दिता जाए। कैमरा परसन हिमताज ढिल्ला के नाल मनिंदर जी सिद्धू लोकवाई टीवी जगराऊं।